ਸੁਖਪਾਲ ਖਹਿਰਾ ਜੀ ਨੂੰ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਤੋਂ ਇਸ ਤਰੀਕੇ ਨਾਲ ਲਾ ਦੇਣਾ ਆਪਣੇ ਆਪ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਜਿਹੜਾ ਤਾਨਾਸ਼ਾਹੀ ਰਵੱਈਆ ਉਹ ਇੱਕ ਵਾਰੀ ਫੇਰ ਪੰਜਾਬੀਆਂ ਦੇ ਸਾਹਮਣੇ ਆਇਆ। ਸੋ ਅੱਜ ਕਾਂਗਰਸ ਦਾ, ਅਕਾਲੀ ਦਲ ਦਾ ਅਤੇ ਬੀਜੇਪੀ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ। ਸੁਖਪਾਲ ਖਹਿਰਾ ਨੂੰ ਸੱਚਾਈ ਬੋਲਣ ਕਾਰਨ, ਇਮਾਨਦਾਰੀ ਨਾਲ ਕੰਮ ਕਰਨ ਦੀ ਕੇਜਰੀਵਾਲ ਸਾਹਿਬ ਦੇ ਨਾਦਰਸ਼ਾਹੀ ਡਿਕਟੇਟਰਸ਼ਿਪ ਭਰੇ ਫਰਮਾਨ ਨੇ ਸਜ਼ਾ ਦਿੱਤੀ ਆ। ਔਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਆਪਸ ਦੇ ਵਿੱਚ 2019 ਦਾ ਜਿਹੜਾ ਗੱਠਜੋੜ ਆ ਉਹਦੀ ਪਹਿਲੀ ਸ਼ਰਤ ਸੀ ਪੰਜਾਬ ਕਾਂਗਰਸ ਵੱਲੋਂ ਕਿ ਸੁਖਪਾਲ ਖਹਿਰਾ ਨੂੰ ਤੁਰੰਤ ਜੇ ਸਾਡੇ ਨਾਲ ਗੱਠਜੋੜ ਕਰਨਾ ਕਾਂਗਰਸ ਪਾਰਟੀ ਪੰਜਾਬ ਦੀ, ਇਹ ਸ਼ਰਤ ਸੀ ਕਿ ਸੁਖਪਾਲ ਖਹਿਰਾ ਨੂੰ ਰੀਪਲੇਸ ਕਰਕੇ ਕਿਸੇ ਹੋਰ ਬੰਦੇ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਮ ਆਦਮੀ ਪਾਰਟੀ ਆਗੂ ਲਾਵੇ। ਸੋ ਅੱਜ ਮੈਂ ਸਮਝਦਾ ਵੀ ਗੱਠਜੋੜ ਜਿਹੜਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹੋਣ ਜਾ ਰਿਹਾ ਉਹਦੀ ਪਹਿਲੀ ਸ਼ਰਤ ਅੱਜ ਪੂਰੀ ਹੋਈ ਹੈ। ਇਹ ਡਿਕਟੇਟਰਸ਼ਿਪ ਤਾਨਾਸ਼ਾਹੀ ਰਵੱਈਆ ਪੰਜਾਬ ਦੇ ਲੋਕ ਕੇਜਰੀਵਾਲ ਸਾਹਿਬ ਦਾ ਕਦੇ ਪ੍ਰਵਾਨ ਨਹੀਂ ਕਰਨਗੇ। ਗਾਂਧੀ ਜੀ, ਖਾਲਸਾ ਜੀ, ਉਸ ਤੋਂ ਬਾਅਦ 'ਚ ਛੋਟੇਪੁਰ ਸਾਹਿਬ, ਹੁਣ ਸੁਖਪਾਲ ਖਹਿਰਾ, ਕੇਜਰੀਵਾਲ ਸਾਹਿਬ ਕੀ ਆਪਣੇ ਆਪ ਨੂੰ ਸਿੱਧ ਕਰਨਾ ਚਾਹੁੰਦੇ ਆ? ਕੀ ਉਹ ਦੁਨੀਆਂ ਦੇ ਰੱਬ ਬਣੇ ਹੋਏ ਆਪਣੇ ਆਪ ਨੂੰ? ਸੋ ਇਹ ਪੰਜਾਬੀ ਲੋਕ ਤਾਨਾਸ਼ਾਹੀ ਰਵੱਈਆ ਕਦੇ ਵੀ ਪਸੰਦ ਨਹੀਂ ਕਰਦੇ ਅਤੇ ਕਦੇ ਪ੍ਰਵਾਨ ਨਹੀਂ ਕਰਦੇ। ਤੁਸੀਂ ਕਿਹਾ ਸੀ ਕਿ ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਨਹੀਂ ਹੈ, ਸੁਖਪਾਲ ਖਹਿਰਾ? ਮੈਂ ਅੱਜ ਵੀ ਕਹਿ ਰਿਹਾ ਮੇਰੇ ਤੇ ਸੁਖਪਾਲ ਖਹਿਰਾ ਦੇ ਵਿੱਚ ਕੋਈ ਫਰਕ ਨਹੀਂ ਗਾ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪੰਜਾਬ ਦੇ ਵਿਰੋਧੀ ਧਿਰ ਦੀ ਲੀਡਰ ਦੀ ਕੁਰਸੀ ਤੋਂ ਹਟਾਇਆ। ਮੇਰੇ ਕੋਲ ਕਿਹੜਾ ਵਿਰੋਧੀ ਧਿਰ ਦੀ ਕੁਰਸੀ ਹੈ? ਮੈਨੂੰ ਲੋਕ ਬਲੈਸਿੰਗ ਦਿੰਦੇ ਆ, ਪਿਆਰ ਕਰਦੇ ਆ, ਸਪੋਰਟ ਕਰਦੇ ਆ। ਕੁਰਸੀ ਕਰਮ ਨਹੀਂ, ਕਰਮ ਕਰਕੇ ਲੋਕ ਨਾਲ ਜੁੜਦੇ ਆ, ਕਰਮ ਕਰਕੇ, ਅੱਛੇ ਕਰਮ ਕਰਕੇ ਲੋਕ ਦੁਆਵਾਂ ਦਿੰਦੇ ਆ। ਸੋ ਜੇ ਸੁਖਪਾਲ ਖਹਿਰਾ ਕੋਲ ਵਿਰੋਧੀ ਧਿਰ ਆਗੂ ਦੀ ਕੁਰਸੀ ਲੈ ਲਈ ਉਹਨਾਂ ਨੇ, ਪਰ ਸੁਖਪਾਲ ਖਹਿਰਾ ਦਾ ਕਰਮ ਨਹੀਂ ਲਿਆ। ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਜਿਹੜੀ ਫੁੱਟ ਨਜ਼ਰ ਆਊਗੀ, ਕਿਉਂਕਿ ਕਿਹਾ ਹੈ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ, ਕਿਉਂਕਿ ਉਹਨਾਂ ਦੀ ਜਿਹੜੀ ਇੰਟਰਨਲ ਪਾਲਿਸੀ ਆ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਦਿੱਲੀ ਤੱਕ ਸੀਮਤ ਰੱਖਣਾ ਚਾਹੁੰਦੇ ਆ। ਪੰਜਾਬ ਦੇ ਨਾਲ, ਦੇਸ਼ ਦੇ ਕਿਸੇ ਹੋਰ ਸੂਬੇ ਰਾਜ ਦੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਗਾ। ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚੋਂ ਪੰਜਾਬ ਦੇ ਅੰਦਰੋਂ ਪੂਰੀ ਤਰ੍ਹਾਂ ਕਲੀਅਰ, ਸਾਫ ਸੁਥਰਾ ਬੋਰੀਆ ਬਿਸਤਰਾ ਬਣ ਕੇ ਇੱਥੋਂ ਲੋਕ ਤੋਰ ਦੇਣਗੇ। ਕਿਹਾ ਵੀ ਜਾ ਰਿਹਾ ਜੀ ਭਗਵੰਤ ਮਾਨ ਜੀ ਨੂੰ ਜਿਹੜਾ ਨੀਵਾਂ ਦਿਖਾਉਣ ਦੇ ਲਈ ਉਹਨਾਂ ਦੇ ਸ਼ਹਿਰ ਤੋਂ ਹੀ ਜਿਹੜਾ ਆ ਜਿਹੜਾ ਵਿਪਕਸ਼ ਨੇਤਾ ਜਿਹੜਾ ਚੁਣਿਆ ਗਿਆ, ਤੇ ਕਾਫੀ ਜਿਹੜੀ ਆ ਸਿਆਸਤ ਜਿਹੜੀ ਆ ਕਾਫੀ ਜਿਹੜੇ ਲੋਕ ਆ ਸੁਖਪਾਲ ਖਹਿਰਾ ਜੀ ਨੂੰ ਲਾਈਕ ਕਰਦੇ ਸੀ। ਲੋਕਾਂ ਦਾ ਰੁਝਾਨ ਜਿਹੜਾ ਉਹ ਸੁਖਪਾਲ ਖਹਿਰਾ ਕਰਕੇ ਨਹੀਂ, ਖਹਿਰਾ ਸਾਹਿਬ ਦੀ ਕਾਰਜਸ਼ੈਲੀ ਕਰਕੇ ਆ। ਇਹ ਜਿਹੜਾ ਵਿਰੋਧੀ ਧਿਰ ਦੀ ਕੁਰਸੀ ਦਾ ਉਹਦਾ ਹੁੰਦਾ, ਇਹ ਸੂਲਾਂ ਹੁੰਦੀਆਂ ਨੇ, ਕੰਡਿਆਂ ਦੀ ਸੇਜ ਹੈਗੀ ਆ। ਔਰ ਇਸ ਕੰਡਿਆਂ ਦੀ ਸੇਜ ਦੇ ਉੱਤੇ ਚੱਲ ਕੇ ਸੁਖਪਾਲ ਖਹਿਰਾ ਨੇ ਸਿੱਧ ਕੀਤਾ ਕਿ ਜੇ ਇਮਾਨਦਾਰੀ ਨਾਲ ਕੋਈ ਬੰਦਾ ਕੰਮ ਕਰੇ ਤਾਂ ਸਰਕਾਰਾਂ ਨੂੰ ਵਕਤ ਪਾ ਕੇ ਰੱਖਦਾ। ਪਹਿਲੀ ਮਿਸਾਲ ਰਾਣਾ ਗੁਰਜੀਤ, ਕਿੱਲੀ ਵਿਕਟ ਕੱਢ ਕੇ ਉਹ ਮਾਰੀ ਸੈਂਡ ਮਾਫੀਆ। ਸੋ ਸੁਖਪਾਲ ਖਹਿਰਾ ਦੇ ਕੀਤੇ ਹੋਏ ਕੰਮਾਂ ਕਰਕੇ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਪੰਜਾਬ ਦੇ ਅੰਦਰ ਅਤੇ ਦਿੱਲੀ ਵਾਲੇ ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦੇ ਸੀ। ਹੁਣ ਉਹ ਕਹਿੰਦੇ ਸੀ ਵੀ ਸੁਖਪਾਲ ਖਹਿਰਾ ਕਿਉਂ ਪੰਜਾਬੀ ਆਵਾਮ ਦੇ ਵਿੱਚ ਡੇ ਬਾਈ ਡੇ ਅੱਪ ਹੋ ਰਿਹਾ। ਸੋ ਅੱਜ ਜੇ ਚੀਮੇ ਨੂੰ ਬਣਾ ਤਾ ਲੋਕ ਵਿਰੋਧੀ ਧਿਰ ਦਾ ਆਗੂ ਲੋਕ ਸਭਾ ਹਲਕਾ ਸੰਗਰੂਰ ਤੋਂ, ਇਹ ਗੱਲ, ਇਹ ਸਵਾਲ ਤੁਸੀਂ ਭਗਵੰਤ ਮਾਨ ਨੂੰ ਪੁੱਛੋ ਤੇ ਜ਼ਿਆਦਾ ਵਧੀਆ ਹੋਏਗਾ। ਇੱਕ 2019 ਇਲੈਕਸ਼ਨਾਂ ਦੇ ਵਿੱਚ ਕੀ ਤੁਸੀਂ ਮੰਨਦੇ ਹੋ ਗੱਠਜੋੜ ਜਿਵੇਂ ਗਠਬੰਧਨ ਹੋ ਰਿਹਾ ਕਿ ਪੰਜਾਬ ਦੇ ਵਿੱਚ ਵੀ ਜਿਵੇਂ ਸਿੱਧੂ ਸਾਹਿਬ ਨੇ ਜਾਂ ਸੁੱਚਾ ਸਿੰਘ ਛੋਟੇ, ਇਹ ਗੱਲਾਂ ਜਿਹੜੀਆਂ ਨੇ ਹਜੇ ਬਹੁਤ ਪਹਿਲਾਂ ਤੁਸੀਂ ਸਵਾਲ ਕਰਨ ਲੱਗ ਗਏ, ਹਜੇ ਇਹਦੇ ਵਿੱਚ ਥੋੜਾ ਸਮਾਂ ਲੱਗੇਗਾ। ਹਾਲਾਤ ਕੈਸੇ ਬਣਦੇ ਆ ਦੇਸ਼ ਦੇ ਅੰਦਰ, ਕੈਸੇ ਕੈਸੇ ਗੱਠਜੋੜ ਸਾਹਮਣੇ ਆਉਂਦੇ ਆ, ਬੀਜੇਪੀ ਕਾਂਗਰਸ ਤੋਂ ਮੁਕਤ ਕਿਹੜਾ ਗੱਠਜੋੜ ਬਣਦਾ, ਇਹ ਗੱਲਾਂ ਹਜੇ ਸਮਾਂ ਲੱਗੇਗਾ ਦੱਸਣ ਦੇ ਵਿੱਚ।